सिद्धू मार्केट। सिरा सुपर स्टोर गुरुद्वारा गुरु नानक दरबार गुरु नानक धार्मिक स्कूल ਤੇ ਹੁਣ ਪੰਜਾਬੀ ਕਲਾਸ ਲਾਉਣ ਚੱਲੇ ਤੁਸੀਂ? ਹਾਂ। ਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਇੱਧਰ ਗ੍ਰੇਵਯਾਰਡ ਆ। ਕੋ ਲਾਈਟਸ? ਹਾਂ। ਮੈਨੂੰ ਮੇਰੇ ਪਰਛਾਵੇਂ ਦੋ ਦੋ ਵਿਖਣ। ਮੈਂ ਮੰਮਾ ਚਪਈ ਸਾਹਿਬ ਦਾ ਪਾਠ ਕਰਦਾ ਕਰਦਾ ਹੈ ਸਾਰੇ ਨਾਮ ਦੇ ਬਸ। ਕਿਉਂ? ਘੁੱਗੂ ਬਣ ਕੇ ਖਲੋਤੇ ਹੀ। ਬਰਮਿੰਘਮ ਤੋਂ ਸਾਊਥ ਹਾਲ ਪਹੁੰਚ ਗਏ ਸੀ। ਹੁਣ ਆਪਾਂ ਰੈਡੀ ਸ਼ੈਡੀ ਹੋ ਗਏ ਆ ਤੇ ਸੋਨੂੰ ਗਿਆ ਵਾ ਏਅਰਪੋਰਟ, ਥੋੜਾ ਉਹਨੂੰ ਕੰਮ ਸੀ ਤੇ ਅਸੀਂ ਜਾ ਰਹੇ ਇੱਥੇ ਸਾਊਥ ਹਾਲ ਪਹਿਲਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ, ਫਿਰ ਜਾਵਾਂਗੇ ਆਪਾਂ ਕਿੰਗ ਸਟਰੀਟ ਤੇ ਸਾਊਥ ਹਾਲ ਸਾਰਾ ਜਿਹੜੀ ਮਾਰਕੀਟ ਆ ਉਹ ਸਾਰੀ ਐਕਸਪਲੋਰ ਕਰਾਂਗੇ। ਵੈਲਕਮ ਟੂ ਚੈਨਲ ਗਾਇਸ, ਆਈ ਹੋਪ ਤੁਸੀਂ ਸੈਕਿੰਡ ਹੋ। ਹਾਂ, ਮੈਂ ਸਪੈਸ਼ਲ ਹੁੱਡੀ ਲਈ ਸੀ ਯਾਰ, ਮੈਂ ਕਿਹਾ ਜਦੋਂ ਲੰਡਨ ਜਾਊਂਗਾ ਉਦੋਂ ਪਾਊਂਗਾ। ਇੱਥੇ ਇੰਗਲੈਂਡ ਦੇ ਵਿੱਚ ਮੈਨੂੰ ਆਲਮੋਸਟ 15-16 ਦਿਨ ਹੋ ਗਏ ਆ ਤੇ ਉਦੋਂ ਵੀ ਮੈਂ ਸਾਂਭ ਕੇ ਰੱਖੀ। ਕਲਰਲੈਸ ਲੱਗਣ ਡਿਆ ਮੈਨੂੰ ਭਾਜੀ, ਮੈਨੂੰ ਰੰਗ ਹੀ ਨਹੀਂ ਵਿਖੜਦੇ, ਕਾਲੇ ਚਿੱਟੇ ਗ੍ਰੇ ਹੀ। ਤੇ ਅੱਜ ਦਾ ਪਿੱਛੇ ਮੌਸਮ ਚੈੱਕ ਕਰੋ ਯਾਰ, ਅੱਜ ਮੌਸਮ ਬਹੁਤ ਬਹੁਤ ਵਧੀਆ ਵਾ। ਇੱਥੋਂ ਹੁਣ ਵੋਕ ਹੈਗੀ ਆ, ਆਈ ਥਿੰਕ ਗੁਰਦੁਆਰਾ ਸਾਹਿਬ ਦੀ 15-20 ਮਿੰਟ ਦੀ ਵੋਕ ਹੋਣੀ ਆ। ਸੋ ਪਹੁੰਚਦੇ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਹਾਂ ਅਤੇ ਫਿਰ ਅੱਗੇ ਸਾਰਾ ਕਿੰਗ ਸਟਰੀਟ ਅਤੇ ਸਾਊਥ ਹਾਲ ਐਕਸਪਲੋਰ ਕਰਾਂਗੇ। ਤੁਸੀਂ ਵੀ ਜੁੜੇ ਰਹੋ, ਦੇਖਦੇ ਰਹੋ। ਇਹ ਹੈਗੀ ਜੀ ਸਵਿਫਟ ਰੋਡ ਜਿੱਥੇ ਆਪਾਂ ਰਹਿ ਰਹੇ ਹਾਂ, ਇਹ ਏਰੀਆ ਥੋੜ੍ਹਾ ਠੀਕ ਠਾਕ ਆ। ਅਤੇ ਯਾਰ ਜੇ ਆਪਾਂ ਇੱਥੋਂ ਦੀ ਗੱਲ ਕਰੀਏ ਸਾਊਥ ਹਾਲ ਦੀ, ਵੈਸੇ ਕਹਿੰਦੇ ਕਿ ਸਾਊਥ ਹਾਲ ਦੇ ਵਿੱਚ ਨਾ ਰੈਂਟ ਬਹੁਤ ਜ਼ਿਆਦਾ, ਜਿਹੜੇ ਘਰ 'ਚ ਆਪਾਂ ਰਹਿ ਰਹੇ ਹਾਂ ਸੋਨੂੰ ਹੋਣੀ, ਉਹ ਘਰ ਦਾ ਰੈਂਟ £3,000 ਆ। ਲੇ ਬਰਮਿੰਘਮ ਨਾਲੋਂ ਡਬਲ ਹੀ ਲਾ ਲਓ, ਅਤੇ ਬਟ ਇਹ ਆ ਕਿ ਟ੍ਰਿਪਲ ਉਹ ਤਾਂ ਯਾਰ ਤੁਹਾਨੂੰ ਵਧੀਆ ਰੇਟ 'ਤੇ ਮਿਲਿਆ ਹੋਇਆ ਵਾ, ਪਰ ਉੱਦਾਂ ਜੇ ਆਪਾਂ ਐਵਰੇਜ ਕੱਢੀਏ ਤਾਂ ਡਬਲ ਹੀ ਆ। ਬਟ ਇੱਥੇ ਇਹ ਕਿ ਇੱਥੇ ਲੰਡਨ ਦੇ ਵਿੱਚ ਕੰਮ ਮਿਲ ਜਾਂਦਾ ਵਧੀਆ, ਲਈ ਇੱਥੇ ਪੇ ਰੇਟ ਵੀ ਥੋੜ੍ਹਾ ਜ਼ਿਆਦਾ ਵਾ ਬਰਮਿੰਘਮ ਨਾਲੋਂ, ਤਾਂ ਕਰਕੇ ਫਿਰ ਖਰਚੇ ਵੀ ਉਹਦੇ, ਮਤਲਬ ਕਿ ਜਿੰਨੇ ਬਰਮਿੰਘਮ 'ਚ ਪੈਸੇ ਵੱਜਦੇ ਉਨੇ ਲੰਡਨ 'ਚ ਵੱਜਦੇ ਆ। ਬਟ ਜਿਹੜਾ ਇੱਕ ਬੰਦਾ ਇੱਕ ਵਾਰੀ ਲੰਡਨ 'ਚ ਰਹਿ ਲੈਂਦਾ ਵਾ ਉਹਨੂੰ ਬਰਮਿੰਘਮ ਪਸੰਦ ਨਹੀਂ ਹੁੰਦਾ, ਕਿ ਸੋਨੂੰ ਨੂੰ ਲਾ ਲਓ ਕਿ ਉਹ 1.5 ਸਾਲ ਹੋ ਚੱਲਿਆ, ਉਹ ਕਹਿੰਦਾ ਮੈਂ ਬਰਮਿੰਘਮ 3-4 ਮਹੀਨੇ ਲੈ ਕੇ ਆਇਆ ਵਾ, ਪਰ ਇੱਥੇ ਮੇਰਾ ਦਿਲ ਨਹੀਂ ਲੱਗਾ, ਦੁਬਾਰਾ ਮੈਂ ਲੰਡਨ ਆਇਆ ਵਾ। ਮੈਂ ਸਾਲ ਹੋ ਗਿਆ ਇੱਥੇ, ਦਿਲ ਲੱਗਾ ਹੋਇਆ ਵਾ, ਇੱਥੇ ਰੌਣਕ ਬੜੀ ਆ। ਰੋਡ ਦਾ ਨਾਮ ਦੇਖਿਓ, ਮਾਰਲੋ ਰੋਡ। ਇੱਧਰ ਸਾਹਮਣੇ ਗੁਰਦੁਆਰਾ ਸਾਹਿਬ ਆ ਅਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਇੱਧਰ ਆ ਗ੍ਰੇਵਯਾਰਡ ਆ।
ਹੁਣ ਗੁਰਦੁਆਰਾ ਸਾਹਿਬ ਦਰਸ਼ਨ ਕਰ ਲਏ ਯਾਰ ਮੈਨੂੰ ਲੱਗਿਆ ਕਿਤੇ ਮੈਂ ਪੰਜਾਬ ਦੇ ਕਿਸੇ ਗੁਰਦੁਆਰਾ ਸਾਹਿਬ 'ਚ ਆਇਆ ਵਾਂ ਮਤਲਬ ਹਰ ਪਾਸੇ ਪੰਜਾਬੀ ਪੰਜਾਬੀ ਆਪਣੀ ਸੰਗਤ ਇੰਨੀ ਜ਼ਿਆਦਾ ਯਾਰ ਮਤਲਬ ਫੀਲ ਇੱਕ ਮਿੰਟ ਵਾਸਤੇ ਵੀ ਨਹੀਂ ਹੈਗੀ ਇੰਗਲੈਂਡ 'ਚ ਕੋਈ ਚੱਕਰ ਨੀ ਹੌਲੀ ਹੌਲੀ ਵੀਰੇ ਸਾਰਾ ਸੈੱਟ ਹੋ ਜਾਂਦਾ ਕੰਮ ਕਿਰਪਾ ਕਰੇਗਾ ਜਰੂਰ ਕਰੂਗਾ ਜਰੂਰ ਕਰੂਗਾ ਹੌਲੀ ਹੌਲੀ ਬੰਦਾ ਮਿਹਨਤ ਕਰੀ ਜਾਵੇ ਨਾ ਹੌਲੀ ਹੌਲੀ ਰਾਹ ਖੁੱਲਦੇ ਜਾਂਦੇ ਆ ਕੋਈ ਚੱਕਰ ਨੀ ਬਾਕੀ ਵਧੀਆ ਲੱਗਿਆ ਮਿਲ ਕੇ ਥੈਂਕ ਯੂ ਫੋਰ ਡਰਿੰਕ ਯਾਰ ਉਹ ਭਾਜੀ ਕਿਹੜੀ ਗੱਲ ਆ ਯਾਰ ਥੈਂਕ ਯੂ ਮੇਰਾ ਭਰਾ ਕੀ ਹਾਲ ਆ ਵੀਰੇ ਠੀਕ ਠਾਕ ਜੀ ਕਿੱਦਾਂ ਜੀ ਠੀਕ ਠਾਕ ਜੀ ਵਧੀਆ 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 ਤੁਸੀਂ ਦੱਸੋ ਕੁਦਰਤ ਦੀ ਕਿਰਪਾ ਹੋ ਗਈ ਕੱਲ ਸਟੋਰੀ ਦੇਖ ਕੇ ਹਟਿਆ ਤਾਜ਼ਾ ਜੂਸ ਕਿੰਗ ਸਟਰੀਟ 'ਤੇ ਘੁੰਮ ਰਿਹਾ ਜੀ ਇੱਥੇ ਵੇਖ ਲਓ ਆਹ ਪੰਜਾਬੀ ਦੇ ਵਿੱਚ ਦੁਕਾਨਾਂ ਬਾਹਰ ਬੋਰਡ ਲੱਗੇ ਹੋਏ ਆ ਝਟਕਾ ਜੀ ਕੀ ਹਾਲ ਆ ਜੀ ਸਿੱਧੂ ਮਾਰਕੀਟ ਸਕੂਲਾਂ ਤੋਂ ਬੱਚੇ ਆ ਰਹੇ ਪੜ੍ਹ ਕੇ ਟੇਡੇ ਟੇਡੇ ਤਾਂ ਯਾਰ ਟੋਟਲੀ ਨਾ ਵਾਈਬ ਪੰਜਾਬ ਵਾਲੀ ਪਾਸੇ ਇਹ ਲਾ ਲਓ ਕਿ ਸੜਕਾਂ ਥੋੜ੍ਹੀਆਂ ਸਾਫ਼ ਨੇ ਘਰ ਥੋੜ੍ਹੇ ਵਧੀਆ ਨੇ ਬਾਕੀ ਚਾਰੇ ਬੰਨੇ ਬਸ ਪੰਜਾਬੀ ਪੰਜਾਬੀ ਆ ਛੋਟੇ ਛੋਟੇ ਬੱਚੇ ਉਹ ਸਰਦਾਰ ਥੋੜ੍ਹੇ ਛੋਟੇ ਛੋਟੇ ਸਕੂਲ ਤੋਂ ਆ ਰਹੇ ਆ ਗੁੱਡ ਆ ਇੱਧਰ ਸਾਹਮਣੇ ਸਕੂਲ ਆ ਜੀ ਫੈਦਰਸਟੋਨ ਹਾਈ ਸਕੂਲ ਆ ਸਾਰੇ ਬੱਚੇ ਜਿੰਨੇ ਵੀ ਰਸਤੇ ਦੇਖੇ ਤੁਸੀਂ ਸਾਰੇ ਇੱਧਰੋਂ ਹੀ ਆ ਰਹੇ ਆ ਛੋਟੇ ਛੋਟੇ ਇੱਥੇ ਪੰਜਾਬੀ ਪੜ੍ਹਾਉਂਦੇ ਆ ਪਤਾ ਕੁਛ ਪੜ੍ਹਾਉਂਦੇ ਹੋਣਗੇ ਨਹੀਂ ਮੈਂ ਤਾਂ ਯਾਰ ਉੱਥੇ ਹੀ ਪੜ੍ਹੀ ਆ ਅੰਮ੍ਰਿਤਸਰ ਯਾਰ ਜੇ ਕੋਈ ਇੱਥੋਂ ਦੇਖ ਰਿਹਾ ਹੋਊ ਤਾਂ ਦੱਸੋ ਕਮੈਂਟ ਕਰਕੇ ਕਿ ਇਸ ਸਕੂਲ ਦੇ ਪੰਜਾਬੀ ਪੜ੍ਹਾਉਂਦੇ ਆ ਇਹ ਨਹੀਂ ਕਹਿੰਦਾ ਕਿ ਸਬਜੈਕਟ ਲੱਗਾ ਹੋਊਗਾ ਪਰ ਕਲਾਸ ਹੀ ਲਾਉਂਦੇ ਹੋਣੇ ਲੈਂਗੁਏਜ ਦੀਆਂ ਪੰਜਾਬੀ ਬਾਕੀ ਇਹ ਕਿਹਨੂੰ ਪਤਾ ਦੱਸਿਓ ਇੱਥੇ ਸਕੂਲ ਹੀ ਕਿੰਨੇ ਸੋਹਣੇ ਸੋਹਣੇ ਆ ਯਾਰ ਆ ਦੇਖਿਓ ਬੱਚੇ ਕਿਉਂ ਨਾ ਪੜ੍ਹਨਗੇ ਜਦੋਂ ਸਕੂਲ ਇੰਨੇ ਸੋਹਣੇ ਹੋਣਗੇ ਸਾਡੇ ਸਕੂਲ ਦਾ ਤਾਂ ਪੱਖਾ ਨਹੀਂ ਚੱਲਦਾ ਹੁੰਦਾ ਜੋਤੀ ਮਾਡਲ ਕੋਈ ਮਰੋਦੀ ਸਕੂਲ ਜੋਤੀ ਮਾਡਲ ਹਾਈ ਸਕੂਲ ਇਹ ਵਧੀਆ ਨਾ ਫੈਦਰਸਟੋਨ ਹਾਈ ਸਕੂਲ ਨਾਂ ਲੈਂਦਾ ਵੀ ਕਿੰਨਾ ਵਧੀਆ ਲੱਗਦਾ ਛੋਟੇ ਛੋਟੇ ਬੱਚੇ ਫਿਰ ਵੀ ਕੰਮ ਚ ਸਾਥ ਦਿੰਦੇ ਆ ਮਾਂ ਪਿਓ ਦਾ ਆਪਣੇ ਬਾਕੀ ਯਾਰ ਇੱਥੇ ਸਾਊਥ ਹੋਲ ਦੇ ਵਿੱਚ ਨਾ ਆਲਮੋਸਟ ਆਹ ਪੰਜਾਬੀ ਆ ਤਾਂ ਕਰਕੇ ਸਰਕਲ ਵੀ ਉਦੋਂ ਦਾ ਤੁਸੀਂ ਮੈਂ ਚੋਈ ਚੋਈ ਸਾਲ ਦਾ ਹੋ ਗਿਆ ਹੱਡ ਆਰਾਮ ਹੋ ਕੇ ਬੈਠਾ ਵਾ ਮਾਂ ਪਿਓ ਦਾ ਖਾ ਕੇ ਟੁਕੜੇ ਵੀ ਪਲ ਰਿਹਾ ਨਹੀਂ ਨਹੀਂ ਸੁਬਹ ਉੱਠਦਾ ਹੂੰ ਮਾਂ ਬਾਪ ਕੇ ਟੁਕੜੇ ਪਲਦਾ ਹੂੰ ਫਰੀ ਕਾ ਖਾਣਾ ਖਾਤਾ ਹੂੰ ਔਰ ਸੋ ਜਾਤਾ ਹੂੰ ਫੋਨ ਚਲਾਤਾ ਹੂੰ ਔਰ ਸੋ ਜਾਤਾ ਹੂੰ ਇਹ ਮੇਰੀ ਜ਼ਿੰਦਗੀ ਵਧੀਆ ਯਾਰ ਇੱਥੇ ਜਿਹੜੇ ਬੱਚੇ ਆ ਉਹ ਬੜੇ ਟਾਈਮ ਨਾਲ ਸਿਆਣੇ ਹੋ ਜਾਂਦੇ ਆ ਆਪਣੀ ਰਿਸਪੋਂਸੀਬਿਲਟੀ ਸਮਝਦੇ ਆ ਇੰਡੀਪੈਂਡੈਂਟ ਹੋ ਜਾਂਦੇ ਆ ਗੱਡੀ ਸ਼ੁਰੂ ਹੁੰਦੇ ਮੋਗੀ ਉੱਤੇ ਬੀਬੇ ਲੈ ਲੈਣੀ ਵਾਲੀ ਗੱਡੀ ਆਪਾਂ ਇਕੱਲਾ ਹੀ ਜਾਇਆ ਕਰੂ ਫਿਰ ਰੋਟੀ ਮਾਰਨ ਉਧਰ ਸਕੂਲ ਦੇ ਉੱਪਰ ਵੇਖ ਲਓ ਉਹ ਪੀਚ ਕਾਈਟ ਉੱਡ ਰਹੀ ਆ ਉਹ ਤਾਂ ਗੱਲ ਸੁਣਿਓ ਬੈਗ ਦੇ ਸਾਈਡ ਆਪਣਾ ਬੈਗ ਤੇ ਕੀ ਲਿਖਿਆ ਵਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਗੁਰੂ ਨਾਨਕ ਧਾਰਮਿਕ ਸਕੂਲ ਜੇ ਹੁਣ ਪੰਜਾਬੀ ਦੀ ਕਲਾਸ ਲਾਉਣ ਚੱਲੇ ਤੁਸੀਂ ਹਾਂ ਓਕੇ ਬਾਏ
ਅੰਸ਼ਦੀਪ ਅੰਸ਼ਦੀਪ ਹਾਂਜੀ ਅੰਸ਼ ਨੂੰ ਪੁੱਛ ਰਹੇ ਕਿ ਪੜ੍ਹਾਈ ਕਿੰਨੀ ਸੌਖੀ ਹੈ ਇੱਥੇ ਕਿੰਨਾ ਬੜੀ ਸੌਖੀ ਹੈ ਮੋਜਾਂ ਮਾਰੀ ਦੀਆਂ ਹੈ ਹਾਂਜੀ ਹਾਂਜੀ ਸਾਡਾ ਜੋ ਸਕੂਲ ਸਟਾਰਟ ਹੁੰਦਾ ਤੇ ਕਦੀ ਕਦੀ 2:25 ਤੇ ਕਦੀ ਕਦੀ 3:20 ਤੇ ਸੈਸ ਹੁੰਦੀ ਵਿੱਚ ਹਾਫ ਟਾਈਮ ਹਾਂ ਇਹ ਹਾਂਜੀ ਹਾਂਜੀ ਇੱਕ ਹੁੰਦਾ ਹੈ 10:25 ਤੇ ਬ੍ਰੇਕ ਟਾਈਮ ਜਿਹ 'ਚ 15 ਮਿੰਟ ਬਾਅਦ ਖੇਡਣਾ ਹੁੰਦਾ 11:50 ਤੇ ਲੰਚ ਟਾਈਮ ਹੁੰਦਾ 40 ਮਿੰਟ ਰੋਟੀ ਰੁਟੀ ਖਾ ਕੇ ਆਰਾਮ ਨਾਲ ਫੁੱਟਬਾਲ ਬਾਅਦ ਲੰਘਣ ਵਧੀਆ ਲੱਗਾ ਬਸ ਦੂਜੇ ਦਿਨ ਵੋਟੇ ਆ ਲੰਡਨ ਜਾਵਾਂਗੇ ਹਲੋ ਉੱਤਰਲੀ ਸਾਈਡ ਆਪਾਂ ਇੱਧਰ ਜਾਣਾ ਚੱਲ ਠੀਕ ਹੈ ਚਲੋ ਚੰਗਾ ਓਕੇ ਚੰਗਾ ਮਿਲਦੇ ਆਪਾਂ ਠੀਕ ਹੈ ਬਾਏ सामने दिल्ली वाला रेस्टोरेंट है इन्होंने कहते समोसे की चीज है बड़ी स्वाद होंगी है चांपा चुपा मान फूड एंड वाइन सिरा सुपर स्टोर ऑफ लाइसेंस का मतलब होता वा 24 घंटे खुल ओके ਬਾਰਾਂ ਵਜੇ ਵਾਪਸ ਆ ਜਾਣਾ ਉੱਥੋਂ ਲੰਡਨ ਤੋਂ ਪੱਕਾ ਠੀਕ ਹੈ ਇਸ ਰੋਡ ਤੇ ਘਰ ਲੈਣਾ ਮੈਂ ਹੁਣ ਗੋਲ ਸੈੱਟ ਕਰ ਲੈ ਇੱਥੇ ਘਰ ਲੈਣਾ ਬੇਸਿਕਲੀ ਨਾ ਸਾਊਥ ਵੱਲ 'ਚ ਕੁਛ ਹੈ ਨਹੀਂ ਆ ਬਸ ਇਹ ਕਿ ਥੋੜ੍ਹੇ ਆਪਣੇ ਪੰਜਾਬੀ ਮਿਲ ਜਾਂਦੇ ਆ ਥੋੜ੍ਹਾ ਆਪਾਂ ਨੂੰ ਐਂ ਲੱਗਦਾ ਕਿ ਪੰਜਾਬ ਵਾਲਾ ਫੀਲ ਹੁੰਦਾ ਆ ਇੱਕ ਤਰ੍ਹਾਂ ਦਾ ਮਿੰਨੀ ਪੰਜਾਬ ਆ ਬਾਕੀ ਉੱਥੇ ਛੋਪਾ ਛੁਪਾ ਹੈਗੀਆਂ ਨੇ ਖਾਣ ਪੀਣ ਦਾ ਸਾਰਾ ਸਮਾਨ ਜੋ ਇੰਡੀਆ ਮਿਲਦਾ ਉਹ ਸਾਰਾ ਮਿਲ ਜਾਂਦਾ ਸੀ ਗਰੋਸਰੀ ਸਟੋਰਾਂ 'ਤੇ ਅਤੇ ਬਸ ਹੋਰ ਕੁਛ ਨਹੀਂ ਆ ਉੱਥੇ ਸਾਊਥ ਸੋਲ ਦੇ ਵਿੱਚ ਹੁਣ ਹੀ ਵਾਪਸ ਘਰ ਆਏ ਹਾਂ ਜੀ ਘਰ ਚਾਹ ਪੀਂਦੇ ਹਾਂ ਅਤੇ ਸੋਨੂੰ ਵੀ ਆ ਗਿਆ ਹੋਇਆ ਵਾ ਅਤੇ ਅਸੀਂ ਨਾ ਹੁਣ ਜਾਣਾ ਲੰਡਨ ਸੈਂਟਰ ਉਸ ਤੋਂ ਪਹਿਲਾਂ ਇੱਕ ਇੱਥੇ ਨਾ ਸਾਊਥ ਹੋਲ ਬਰੋਡਵੇ ਮਾਰਕੀਟ ਆ ਸੋ ਸਾਰਾ ਘੁੰਮਾਂਗੇ ਪਰ ਜੀਨ ਪਾ ਕੇ ਜਾਣੀ ਪੈਣੀ ਕਿਉਂਕਿ ਜੇ ਕਲੱਬ ਦਾ ਸੀਨ ਬਣ ਗਿਆ ਤਾਂ ਫਿਰ ਉੱਥੇ ਆਹ ਅਲਾਊਡ ਨਹੀਂ ਹੁੰਦੇ ਯਾਰ ਪਜਾਮੇ ਆਹ ਤਾਂ ਫਿਰ ਵੀ ਕਰੀ ਕਰੀ ਚੱਲ ਜਾ ਆਹ ਤੇਰਾ ਫਿਰ ਵੀ ਚੱਲ ਸਕਦਾ ਵਾ ਨਹੀਂ ਚੱਲਦਾ ਇੱਥੇ ਆਹ ਬ੍ਰਾਂਡ ਹੈਗਾ ਉਹ ਹੁੱਡ ਰਿਚ ਇਹਦੀ ਬੈਸਟ ਕਮੀਜ਼ ਹੋਣੀ ਹੈ ਯਾਰ ਆਹ ਦੇਖਿਓ ਇਹ ਆਹ ਸਾਈਡ ਤੋਂ ਖੁੱਲਦੀ ਐਂ ਲੱਗਦਾ ਜਿਵੇਂ ਨਾ ਉਹ ਪੁਲਿਸ ਵੈਸਟ ਹੁੰਦੀ ਸਹੀ ਗੱਲ ਆ ਉੱਥੇ ਬਰਮਿੰਗਮ ਤਾਂ ਵੇਖਾਂਗੇ ਯਾਰ ਸੇਲ ਲੱਗੀ ਬਲੈਕ ਫਰਾਈਡੇ ਬਲੈਕ ਸੋਰੀ ਬੋਕਸਿੰਗ ਡੇ ਸੇਲ ਲੱਗੀ ਉਦੋਂ ਕੁਛ ਬਾਏ ਨਹੀਂ ਕਿਤੇ ਉਦੋਂ ਆਪਾਂ ਸਕੋਟਲੈਂਡ ਘੁੰਮਣ ਨਹੀਂ ਜੇ ਕੱਲ ਨੂੰ ਤੁਹਾਡੇ ਕੋਲ ਟਾਈਮ ਹੈਗਾ ਫਿਰ ਆਪਾਂ ਵੈਸਟਫੀਲਡ ਚੱਲਾਂਗੇ ਉੱਥੇ ਮਿਲ ਜਾਏਗਾ ਤੂੰ ਵੈਸਟਫੀਲਡ ਇੱਥੇ ਲੰਡਨ ਦਾ ਸਭ ਤੋਂ ਤਗੜਾ ਮੋਲ ਆ ਵੈਸਟਫੀਲਡ ਹੁਣ ਵੇਖਦੇ ਆਹ ਪਿੰਟ ਪਹਿਲਾਂ ਜਿਹੜੀ ਤੁਹਾਨੂੰ ਚੰਗੀ ਲੱਗੇ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਰਾਤੀ ਆਪਾਂ ਦੇਖ ਲਓ ਯੂਕੇ ਦੇ ਝੰਡੇ ਵਾਲੀ ਚਾਦਰ ਸੁੱਤੇ ਆ ਭਰਾਵਾ ਠੰਡ ਲੱਗਣੀ ਤੈਨੂੰ ਮੈਂ ਵੈਸੇ ਪਾ ਕੇ ਵੇਖਣ ਦਿਆ ਕਿੱਦਾਂ ਦੀ ਲੱਗਦੀ ਆ ਆਪਾਂ ਸਾਈਡਰ ਕਰ ਦੂੰਗਾ ਨਹੀਂ ਕੋਈ ਚੱਕਰ ਨਹੀਂ ਯਾਰ ਜੇ ਪਾਈ ਹੋਵੇ ਤੇ ਭਰਾਵਾ ਬੜੀ ਬੜੀ ਤਗੜੀ ਆ ਯਾਰ ਸਕਿਉਰਟੀ ਗਾਰਡ ਲੱਗਣ ਨੇ ਹਾਂਜੀ ਭਾਈ ਚਲੋ ਬਾਹਰ ਕੈਮਰੇ ਬੰਦ ਕਰੋ ਓ ਹੈਲੋ ਐਦਾਂ ਚੱਲ ਹਰਮਨ ਐਦਾਂ ਬਹੁਤ ਬਹੁਤ ਕਲਾਸੀ ਲੱਗਦਾ ਯਾਰ ਹਾਂ ਸੁਖਣਾ ਤੀਲੇ ਤੇ ਪਹਿਲਾਂ ਨਿਕਲੇ ਯਾਰ ਓਏ ਕਿਹੜਾ ਤੀਲੇ ਆ ਅਰੇ ਆ ਤੀਲੇ ਭਾਈ ਯੂਕੇ ਨੇ ਖਾ ਲਿਆ ਉਹਨੂੰ ਆਪਾਂ 15-20 ਮਿੰਟ ਲਈ ਘਰ ਆਏ ਸੀ ਯਾਰ ਕੱਪੜੇ ਚੇਂਜ ਕਰਨ ਵਾਸਤੇ ਅਤੇ ਚਾਹ ਪੀਣ ਵਾਸਤੇ ਅਤੇ ਮੀਂਹ ਸਟਾਰਟ ਹੋ ਗਿਆ ਹੁਣ ਆਪਾਂ ਚੱਲੇ ਹਾਂ ਸਾਊਥ ਹੋਲ ਬਰੋਡਵੇ ਘੈਂਟ ਲੱਗਣੀ ਨਾ ਵੈਸਟ ਹੋਟਲ ਵਿੱਚ ਜੋ ਉੱਥੇ ਮੀਂਹ ਆ ਗਿਆ ਚਲੋ ਉਹ ਦੇਖਦੇ ਹਾਂ ਛਤਰੀ ਹੈਗੀ ਛਤਰੀ ਹੈਗੀ ਪਤਾ ਹੀ ਲੱਗਦਾ ਹੈ ਨਾ ਆਹੋ
ਅਸੀਂ ਹਲੇ ਖਰੀਦ ਕੇ ਦੁਕਾਨ ਚੋਂ ਨਿਕਲੇ ਹੀ ਆ ਤੇ ਨਾਲ ਹੀ ਮੀਂਹ ਬੰਦ ਮੈਨੂੰ ਤਾਂ ਹੁਣੇ ਡਰ ਲੱਗ ਲੱਗ ਪਈ ਯਾਰ ਜਾਪ ਲੱਗਣ ਡਈ ਆ ਆ ਤਾਂ ਯਾਰ ਕਿੰਨੀਆਂ ਮਾਰ ਸ਼ਾਮ ਨੂੰ ਫੁੱਟਬਾਲ ਮੈਚ ਹੁੰਦਾ ਪਤਾ ਨਹੀਂ ਕਿੱਥੋਂ ਕਿੱਥੋਂ ਆਉਂਦੇ ਖੇਡਾਂ ਅੱਛਾ ਆ ਵੀ ਵਧੀਆ ਤੁਹਾਡੀ ਆ ਜਗ੍ਹਾ ਵਧੀਆ ਵਾ ਥੋੜਾ ਕੁਆਇਟ ਜਾ ਵਾ ਕੁਆਇਟ ਏਰੀਆ ਕੋਕਾ ਕੋਲਾ ਪਾਈ ਕੋਕਾ ਕੋਲਾ ਯਾਰ ਘਰੇ ਰਹਿ ਗਈ ਡਰਿੰਕ ਉੱਥੇ ਲੈ ਲੈਣੇ ਸ਼ਾਪ ਤੋਂ ਫੇਰ ਆ ਜਾਓ ਟ੍ਰੇਨ ਚੱਲ ਰਹੀ ਹੈ ਨਾ ਅੱਜ ਬਸ ਠੀਕ ਆ ਓਏ ਓਇਸਟਰ ਕਾਰਡ ਲੈ ਕੇ ਆਇਆ ਆਪਣਾ ਓਏ ਬੈਂਕ ਕਾਰਡ ਲਾ ਦਾਂਗੇ ਆ ਜਾਓ ਕਿਉਂਕਿ ਆਪਾਂ ਲੇਟ ਹੋਈ ਜਾਂਦੇ ਫਿਰ ਉਧਰ ਹਨੇਰਾ ਪੈ ਗਿਆ ਤੁਹਾਨੂੰ ਕੁਝ ਨਹੀਂ ਪਤਾ ਲੱਗਣਾ ਸਹੀ ਗੱਲ 3:30 ਤਾਂ ਵੱਜ ਵੀ ਗਏ ਆ ਹੋਰ ਅੱਧੇ ਘੰਟੇ ਹਨੇਰਾ ਹੋ ਜਾਣਾ 4 ਵਜੇ ਹਨੇਰਾ ਹੋ ਜਾਣਾ ਯਾਰ ਹਲੇ ਆਪਾਂ ਘਰ ਤੋਂ 5 ਮਿੰਟ ਦੀ ਵੋਕ ਤੇ ਹੀ ਆਏ ਆ ਤੇ ਮੀਂਹ ਇੰਨਾ ਤੇਜ਼ ਹੋ ਗਿਆ ਨਾ ਮੈਨੂੰ ਅੱਗੇ ਤੋਰ ਹੀ ਨਹੀਂ ਸਕਦੇ ਆਪਾਂ ਆ ਦੇਖਿਓ ਘੁੱਗੂ ਬਣ ਕੇ ਖਲੋਤੇ ਹੀ ਆ ਜਾ ਹੋ ਗਿਆ ਘੱਟ ਭਾਜੀ ਉਹ ਮਾੜਾ ਮਾੜਾ ਤੇ ਹੁੰਦਾ ਹੀ ਰਹਿਣਾ ਇੱਥੇ ਚਲੋ ਫਿਰ ਬਸ ਹੋ ਗਿਆ ਜੇ ਘੱਟ ਆ ਜਾ ਫਿਰ ਅੱਗਣਾ ਗਿੱਲੀ ਹੋਏ ਬਸ ਆਹ ਵਾਲਾ ਗ੍ਰੇਵਯਾਰਡ ਦੱਸ ਦੇ ਸਾਨੂੰ ਆਹ ਕਿੰਨਾ ਵੱਡਾ ਗ੍ਰੇਵਯਾਰਡ ਆ ਪਿੱਛੋਂ ਤੱਕ ਆ ਤੇ ਸਾਨੂੰ ਕਹਿੰਦੇ ਜਦੋਂ ਅਸੀਂ ਇੱਥੇ ਨਵਾਂ ਨਵਾਂ ਰਹਿਣਾ ਸੀ ਨਾ ਉਹ ਤੁਹਾਨੂੰ ਪਤਾ ਨਹੀਂ ਸੀ ਜਦੋਂ ਬਾਅਦ ਚੋਂ ਲੱਗਾ ਕਦੀ ਕਦੀ ਡਰ ਲੱਗਦਾ ਸੀ ਯਾਰ ਕਿ ਆਪਾਂ ਇੱਧਰੋਂ ਲੰਘ ਕੇ ਜਾਂਦੇ ਹਾਂ ਰਾਤ ਨੂੰ ਕਦੀ 12 ਵਜੇ ਕਰੀ 1 ਵਜੇ ਪਰ ਕੋਈ ਚੱਕਰ ਨਹੀਂ ਹੁੰਦਾ ਯਾਰ ਐਡਾ ਇੱਥੇ ਪਹਿਲਾਂ ਹਰਮਨ ਰਹਿੰਦਾ ਸੀ ਹਰਮਨ ਨੂੰ ਨਹੀਂ ਪਤਾ ਸੀ ਕਿ ਉਹਦੇ ਰਸਤੇ 'ਚ ਗ੍ਰੇਵਯਾਰਡ ਆਉਂਦਾ ਸੀ ਇਹ ਭਾਜੀ ਹੁਣ ਕਿਸੇ ਦਿਨ 1 ਵਜੇ ਰਾਤ ਦੇ ਗ੍ਰੇਵਯਾਰਡ ਦੇ ਵਿੱਚੋਂ ਦੀ ਨਿਕਲੇ ਸੀ ਭਰਾਵਾ 10 ਮਿੰਟ ਦੀ ਵੋਕ ਸੀ ਗ੍ਰੇਵਯਾਰਡ ਅੰਦਰੋਂ ਜਿੱਦਾਂ ਮਤਲਬ ਆਹ ਡੋਰ ਆ ਨਾ ਹਾਂ ਉਹ ਐਂਡ ਜਿੱਦਾਂ ਆਹ ਕਿੰਨੀ ਵੱਡੀ ਆ ਆਹੋ ਮੈਂ ਰਾਤੀ ਦਾ ਦੱਸਾਂ ਕੀ ਉੱਥੇ ਨਾ ਏਦਾਂ ਫਲੈਸ਼ ਲਾਈਟਾਂ ਚੱਲਣੀਆਂ ਦੋ ਇੱਦਾਂ ਨੇ ਪੋਲ ਲਾਈਟਸ ਮੈਨੂੰ ਮੇਰੇ ਪਰਛਾਵੇਂ ਦੋ ਦੋ ਵਿਖਣ ਇੱਦੋਂ ਵੇਖਣਾ ਨਾ ਸਾਈਡ ਮੈਂ ਟੋਰਚ ਜਗਾ ਕੇ ਲਾਉਣ ਡਿਆ ਪਿੱਛੇ ਮੈਨੂੰ ਦੋ ਪਰਛਾਵੇਂ ਮੈਂ ਬਾਅਦ ਦਾ ਪਿੱਛੇ ਮੁੜ ਕੇ ਵੇਖਾਂ ਫਿਰ ਮੈਨੂੰ ਮੈਂ ਆਪਣਾ ਹੀ ਗਾ ਬੜਾ ਡਰ ਲੱਗਾ ਭਰਾਵਾ ਪਤਾ ਮੈਨੂੰ ਰਾਹ 'ਚ ਲੱਗ ਗਿਆ ਸੀ ਕਿ ਗ੍ਰੇਵਯਾਰਡ ਹੈਗਾ ਕੁਛ ਇੱਦਾਂ ਪਰ ਤੂੰ ਉਹ ਰਿਐਕਟ ਨਹੀਂ ਕੀਤਾ ਉਦੋਂ ਨਾ ਨਹੀਂ ਕੀਤਾ ਮੈਂ ਮੰਮਾ ਚਪਈ ਸਾਹਿਬ ਦਾ ਪਾਠ ਕਰਦਾ ਕਰਦਾ ਸਾਰੇ ਨਾਲ ਬਸ ਸੋ ਇਹ ਤਾਂ ਉਹੀ ਬੰਦਾ ਸਮਝ ਸਕਦਾ ਜਿਹੜਾ ਇੱਥੇ ਸਰਵਾਈਵ ਕਰਦਾ ਯਾਰ ਇਹ ਸਾਹਮਣੇ ਆ ਜੀ ਸਾਊਥ ਹੋਲ ਦਾ ਛੋਟਾ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹੋਲ ਇੱਥੇ ਪਰ ਕਹੀ ਯਾਰ ਕਿਉਂਕਿ ਬਾਰਿਸ਼ ਬਹੁਤ ਤੇਜ਼ ਹੋ ਗਈ ਹੁਣ ਥੋੜ੍ਹਾ ਮੀਂਹ ਹਟਿਆ ਵਾ ਹੁਣ ਅੱਗੇ ਵੀ ਚੱਲਦੇ ਹਾਂ ਜਦੋਂ ਪੰਜਾਬੀ ਲਿਖੀ ਵੇਖਦੇ ਨਾ ਸੋਹਣਾ ਲੱਗਦਾ ਯਾਰ ਸਰਵਣਾ ਭਵਨ ਕਲਾਸੀ ਜੰਕਸ਼ਨ ਕਿਹਦਾ ਸੀ ਕਿਹੜਾ ਬਾਬਾ ਨੀ ਹਾਂ ਉਹਦਾ ਹੀ ਆ ਕਲਾਸੀ ਜੰਕਸ਼ਨ ਅੱਛਾ ਇੱਥੇ ਫਿਰਦਾ ਹੈ ਉਹ ਵੀ ਘੈਂਟ ਯਾਰ ਮੇਰੀ ਮਰਜ਼ੀ ਕੁਆਲਿਟੀ ਫੂਡ ਆ ਗਿਆ ਆਈਸਲੈਂਡ ਆ ਗਿਆ ਇਹ ਵੀ ਸਾਰੇ ਗਰੋਸਰੀ ਸਟੋਰ ਹਾਂ ਗਰੋਸਰੀ ਸਟੋਰ ਹੀ ਆ ਓਕੇ ICICI ਬੈਂਕ ਸਿਰਾ ਕੈਸ਼ ਐਂਡ ਕੈਰੀ ਪੰਜਾਬ ਨੈਸ਼ਨਲ ਬੈਂਕ ਵੀ ਹੈਗੀ ਆਹੋ ਇੱਥੇ ਪੰਜਾਬ ਐਂਡ ਸਿੰਧ ਬੈਂਕ ਵੀ ਹੈਗਾ ਨਾ ਹਾਂ ਹਾਂ ਇਹ ਸਾਰੀ ਬਰੋਡਵੇ ਸਾਊਥ ਹੋਲ ਦੀ ਮਾਰਕੀਟ ਆ ਇੱਥੋਂ ਸਟਾਰਟ ਹੋ ਜਾਂਦੀ ਆ ਦਮਨ ਸਿਰਾ ਕਿਚਨ ਵੇਅਰ ਹਰਮਨ ਲਿਆਂਦਾ ਸੀ ਅੱਜ ਜਿਹੜਾ ਆਪਾਂ ਘਰੇ ਖਾਧਾ ਸੀ ਉਹ ਵੀ ਕੇਕ ਬੌਕਸ ਸੀ ਬਹੁਤ ਵਧੀਆ ਸੀ ਬਹੁਤ ਸਵਾਦ ਬਹੁਤ ਪੰਜਾਬੀ ਨਾਨਸ ਐਂਡ ਕੁਲਚਾ ਕਿੰਗ ਵਤਨ ਬੇਕਰੀ ਬੈਂਕ ਆਫ ਬੜੌਦਾ ਆ ਥੋੜ੍ਹੀ ਥੋੜ੍ਹੀ ਪਹਾੜਾਂ ਦੀ ਵਾਈ ਵੀ ਹੈਗੀ ਇੱਥੇ ਬਾਕੀ ਇਹ ਬੱਸਾਂ ਤਾਂ ਹੈ ਹੀ ਸਿਰਾ ਯਾਰ ਵੇਖੋ ਪੂਰੀਆਂ ਭਰੀਆਂ ਨੇ ਪਹਾੜਾਂ ਦੇ ਨੀ ਘਰ ਬਣੇ ਹੁੰਦੇ ਇੱਦਾਂ ਦੇ ਟੈਂਪਲ ਬਣੇ ਹੁੰਦੇ ਉੱਥੇ ਰੋਸ਼ਨੀ ਉੱਤਰਾਖੰਡ ਵਾਲੇ ਆ ਰਹੀ ਆਏ ਆ
ਥੈਂਕ ਯੂ ਜੀ ਕੀ ਹਾਲ ਨੇ ਠੀਕ ਠਾਕ ਜੀ ਠੀਕ ਠਾਕ ਹੋ ਅਸੀਂ ਦੂਰੋਂ ਪਛਾਣ ਲਿਆ ਸੁਣੇ ਦੂਰੋਂ ਕਹਿੰਦੇ ਉਹ ਪੀਲੀ ਸ਼ਰਟ ਪਾਈ ਨਾ ਉਹੀ ਹੋਣਗੇ ਹੋਰ ਕਿੱਦਾਂ ਆਲ ਗੁੱਡ ਜਿਹੜਾ ਸਕੋਟਲੈਂਡ ਦਾ ਪਲਾਨ ਬਣਿਆ ਸੀ ਨਾ ਉਹ ਇੰਨਾ ਕਰਕੇ ਬਣਿਆ ਸੀ ਤੇ ਇਹੀ ਨਾਲ ਆਏ ਇਹ ਤੁਸੀਂ ਨਾ ਮੌਕ ਮਾਰੀ ਇਹਦੇ ਮੌਕੇ ਤੇ ਠੀਕ ਹੈ ਸਰ ਹੋਰ ਕਿੱਦਾਂ ਠੀਕ ਹੈ ਵਾਹ ਵਧੀਆ ਹਾਂਜੀ ਬੋਸ ਜੀ ਕਿੱਦਾਂ ਠੀਕ ਠਾਕ ਹੋ ਹੋਰ ਕਿ ਵੀਰ ਨੇ ਛਤਰੀ ਦਿੱਤੀ ਮੈਂ ਕਿਹਾ ਮੈਨੂੰ ਨਾਲ ਲੈ ਜਾ ਕਹਿੰਦਾ ਵੀਰ ਤੂੰ ਛਤਰੀ ਲੈ ਜਾ ਬੜਾ ਬੜਾ ਮੀਂਹ ਯਾਰ ਅਸੀਂ ਤਾਂ ਪੂਰਾ ਭਿੱਜ ਕੇ ਆਏ ਆ ਉਦੋਂ ਵਾਕ ਕਰਕੇ ਆਏ ਉਥੋਂ ਆਏ ਵਾਕ ਕਰਕੇ ਆਏ ਆ ਮੈਂ ਵਿਖਾਉਂਦਾ ਲਿਆਵਾਂਗਾ ਨਾ ਸਾਰਾ ਕੁਝ ਕਿੱਦਾਂ ਉਦਾਂ ਵਾਸਤੇ ਪਤਾ ਨਹੀਂ ਲੱਗਦਾ ਇੰਸ਼ੋਰੈਂਸ ਇਨਕਲੂਡਿੰਗ ਆ ਨਹੀਂ ਉਹ ਵੱਖਰੀ ਉਹ ਇੰਸ਼ੋਰੈਂਸ ਵੀ ਬਾਅਦ ਚ ਕਲੇਮ ਲੈ ਸਕਦੇ ਹੋ ਪਰ ਉਹਨਾਂ ਨੇ ਚਾਰਜ ਕਰ ਲੈਣੇ ਆ ਕਿੰਗ ਸਟਰੀਟ ਨਾਲੋਂ ਨਾ ਯਾਰ ਬਰੋਡਵੇ ਨਾ ਜ਼ਿਆਦਾ ਵਧੀਆ ਜੀ ਉਹਦੇ 'ਤੇ ਦੁਕਾਨਾਂ ਵੀ ਕਾਫੀ ਆ ਇੱਥੇ ਵੀ ਵਾਈਬ ਵੀ ਡਿਫਰੈਂਟ ਆ ਉਹਦੇ 'ਤੇ ਥੋੜ੍ਹੀਆਂ ਬਹੁਤ ਦੁਕਾਨਾਂ ਵਾ ਪਰ ਇੱਧਰ ਜ਼ਿਆਦਾ ਵਧੀਆ ਯਾਰ ਖੁੱਲ੍ਹਾ ਖੁੱਲ੍ਹਾ ਏਰੀਆ ਥੋੜ੍ਹਾ ਜਿਹਾ ਵੀਰਾ ਅੰਮ੍ਰਿਤ ਵੀਰਾ ਮਿਲਿਆ ਵਾ ਬਾਜੀ ਬਾਜੀ ਵੀਰਾ ਗਰੋਸਰੀ ਕਰਕੇ ਆਏ ਆ ਮੈਗੀਆਂ ਦਿਖੀਆਂ ਨਾ ਜਦੋਂ ਬਾਅਦ ਅੱਜ ਮੈਗੀਆਂ ਚੱਲਣੀਆਂ ਹਾਂ ਹਾਂ ਰਾਤ ਨੂੰ ਇਹੋ ਬਣਾਉਣੀਆਂ ਆ ਨਾਲ ਮੈਗੀਆਂ ਇੱਥੇ ਕਿੱਦਾਂ ਕੰਮ ਕਰ ਸਟੱਡੀ ਵੇਸ ਤੇ ਆਏ ਹਾਂ ਬਾਈ ਸਟੱਡੀ ਤੇ ਹੀ ਆ ਚੱਲੀ ਜਾਂਦਾ ਵਧੀਆ ਵਧੀਆ ਚੱਲੀ ਜਾਂਦਾ ਕੰਮ ਹੋ ਜਾਏਗਾ ਵਾ ਕਿਰਪਾ ਬਾਬਾ ਇੱਥੇ ਕੰਮ ਕੋ ਵਧੀਆ ਨਾ ਹਾਂ ਕਲੀਨਿੰਗ ਹੈਗਾ ਪਰ ਬਿਲਡਰ ਨਾਲ ਵੀ ਕੰਮ ਇੱਥੇ ਜ਼ਿਆਦਾ ਆ ਕੰਸਟਰਕਸ਼ਨ ਕਰਦੇ ਬਿਲਡਿੰਗ ਲਾਈਨ ਚ ਕੰਮ ਜ਼ਿਆਦਾ ਇੱਧਰ ਬਿਲਡਿੰਗ ਲਾਈਨ ਜ਼ਿਆਦਾ ਨਾ ਕੰਸਟਰਕਸ਼ਨ ਦਾ ਕੰਮ ਜ਼ਿਆਦਾ ਹਾਂਜੀ ਮੈਂ ਤੇ ਰੈਸਟੋਰੈਂਟ ਚ ਕੰਮ ਦਿਆ ਆ ਸੈਂਟਰ ਲੰਡਨ ਇਹਦੇ ਜਾਈਦਾ ਆ ਇੱਥੇ ਕਰਕੇ ਜਾਈਦਾ ਮੈਂ ਨਾਈਟ ਨੂੰ ਜਾਣਾ ਸਿਕਿਉਰਿਟੀ ਨਾਲ ਕਰਨਾ ਦਿਨੇ 6-7 ਘੰਟੇ ਉੱਧਰ ਜਾਈਦਾ 4-5 ਘੰਟੇ ਰਾਤ ਨੂੰ ਉੱਧਰ ਜਾਈਦਾ ਬਸ ਸਰੀ ਜਾਂਦਾ ਵਧੀਆ ਪੀਸਫੁਲ ਨਿਕਲੀ ਜਾਂਦੀ ਆ ਨਿਕਲੀ ਜਾਂਦੀ ਨਿਕਲੀ ਜਾਂਦੀ ਚਲੋ ਵਧੀਆ ਲੱਗਿਆ ਮਿਲ ਕੇ ਚਲੋ ਥੈਂਕ ਯੂ ਵੀਰੇ ਓਕੇ ਵੀਰੇ ਠੀਕ ਹੈ ਬਾਈ ਓਕੇ ਵੀਰੇ ਓਕੇ ਹੈਲੋ ਭਾਜੀ ਹੈਲੋ ਜੀ ਕੀ ਹਾਲ ਆ ਮੈਂ ਤੁਹਾਡੇ ਰੋਜ਼ ਵੇਖਦੀ ਹੁੰਦੀ ਵਲੌਗ ਥੈਂਕ ਯੂ ਹੋਰ ਕਿਦਾਂ ਠੀਕ ਹੋ ਫੋਟੋ ਕਰਵਾਣੀ ਹਾਂਜੀ 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 ਓਕੇ ਵੀਰੇ ਓਕੇ ਥੈਂਕ ਯੂ ਬਾਈ ਜੀ ਓਕੇ ਬਾਈ ਜੀ ਆ ਸਾਹਮਣੇ ਸਾਰਾ ਜੀ ਬਰੋਡਵੇ ਆ ਤੇ ਹੁਣ ਆਪਾਂ ਉੱਧਰ ਜਾਣਾ ਵਾ ਚਾਹ ਪੀਣ ਵਾਸਤੇ ਤੇ ਮੌਸਮ ਚਾਹ ਸਾਰਾ ਹੋਇਆ ਯਾਰ ਜੇ ਚਾਹ ਪੀਏ ਤੇ ਫਿਰ ਨਿਕਲਦੇ ਆ ਬਾਹਰ ਲੰਡਨ ਦੇ ਜਵਾਲ ਨੂੰ ਇੱਥੇ ਹੁਣ ਬਰੋਡਵੇ ਖੋਤੇ ਜੀ ਚਾਹ ਕਰਾਈ ਆ ਚਾਹ ਪੀਨੇ ਆ ਪੂਰੀ ਪੰਜਾਬ ਵਾਲੀ ਆਹੋ ਖਾਲਸਾ ਕੋਲੇ ਵਾਲੀ ਫੀਲ ਆ ਰਹੀ ਆ ਬਸ ਇਹਦੇ ਬਿਲਡਿੰਗਾਂ ਇੰਗਲੈਂਡ ਵਾਲੀਆਂ ਨੇ ਅਤੇ ਸੜਕਾਂ ਸਾਫ਼ ਸੁਥਰੀਆਂ ਥੋੜ੍ਹੀਆਂ ਜਿਹੀਆਂ ਬਾਕੀ ਸਭ ਪੰਜਾਬ ਵਾਲੀਆਂ ਵੀ ਹੈਗੀਆਂ ਨੇ ਇੱਥੇ ਬਾਕੀ ਸਭ ਕੁਝ ਸੇਮ ਹੀ ਆ ਟੇਣੀ ਮੀਣੀ ਚਲੀਏ ਫਿਰ ਮਾੜਾ ਮਾੜਾ ਚਲੋ ਚਲੋ ਤੁਰੀਏ ਲੈਟਸ ਗੋ ਲੈਟਸ ਗੋ ਆ ਨਹੀਂ ਰੁੜਦੀ ਕੀ ਹਾਲ ਆ ਭਾਜੀ ਯਾਰ ਮੇਰੇ ਨਾਲ ਵੀ ਹਮੇਸ਼ਾ ਏਦਾਂ ਹੁੰਦਾ ਏ ਜਦੋਂ ਵੀ ਚਾਹ ਪੀਂਦਾ ਨਾ ਗਰਮ ਗਰਮ ਮੂੰਹ ਸੜ ਜਾਂਦਾ ਹਰਮਨ ਕਹਿੰਦਾ ਮੇਰਾ ਕਾਂ ਸੜ ਗਿਆ ਇੰਨਾ ਵੱਡਾ ਘੁੱਟੇ ਦਾ ਗਿਆ ਏ ਘੁੱਟੇ ਸਿੱਧਾ ਪਿਆ ਸ਼ੇਰੇ ਪੰਜਾਬ ਮਾਰਕੀਟ ਹੁਣ ਅਸੀਂ ਚੱਲੇ ਹਾਂ ਜੀ ਇੱਥੋਂ ਲੰਡਨ ਬ੍ਰਿਜ ਬਾਈ ਟ੍ਰੇਨ ਅਤੇ ਟਾਈਮ 5 ਵੱਜ ਗਿਆ ਸ਼ਾਮ ਦੇ ਚੱਲੇ ਹਾਂ ਸੰਘਾੜੇ ਸੰਘੂੜੇ ਖਾ ਲੈ ਸ਼ੱਕਰ ਗੰਦੀ ਸੰਘਾੜੇ ਦੀ ਸ਼ੱਕਰ ਗੰਦੀ ਹੈ ਤੇਰੀ ਵੀ ਤਾਂ ਸ਼ੱਕਰ ਗੰਦੀ ਤੂੰ ਆ ਖਾ ਯਾਰ ਤੂੰ ਆ ਲੈ